ਜਿਹੜਾ ਉਤਸਵ ਮਨਾਇਆ ਜਾ ਰਿਹਾ, ਮੈਂ ਇਹਦੀ ਬਹੁਤ ਸ਼ਲਾਘਾ ਕਰਦਾ। ਔਰ ਖਾਸ ਕਰਕੇ ਜਿਹੜੀ ਦੋ ਚੀਜ਼ਾਂ ਨਵੀਆਂ ਕੀਤੀਆਂ ਜਿਹੜੀਆਂ ਅੱਜ ਤੱਕ ਕੋਈ ਨਹੀਂ ਕਰ ਸਕਿਆ, ਇੱਕ ਬਲੱਡ ਮਨੇਜ ਕਰਨ ਦਾ, ਦੂਜਾ ਬੂਟੇ ਫਲਦਾਰ ਬੂਟੇ ਲਾਉਣ ਦਾ, ਕਿਉਂਕਿ ਇਹ ਦੋ ਚੀਜ਼ਾਂ ਜਿਹੜੀਆਂ ਜ਼ਿੰਦਗੀ ਦੀਆਂ ਅਹਿਮ ਨੇ। ਬਲੱਡ ਹਰ ਬੰਦੇ ਨੂੰ ਚਾਹੀਦਾ, ਕਿਸੇ ਵੇਲੇ ਕੋਈ ਮੁਸੀਬਤ ਹੁੰਦਾ ਉਹਨੂੰ ਬਲੱਡ ਨਹੀਂ ਮਿਲਦਾ ਤਾਂ ਉਹਦੀ ਆਸਤੇ ਬਹੁਤ ਪਰੇਸ਼ਾਨੀ ਹੁੰਦੀ ਆ। ਅਤੇ ਪੌਦੇ ਇਸ ਕਰਕੇ ਜ਼ਰੂਰੀ ਆ ਕਿ ਅਸੀਂ ਆਬੋ ਹਵਾ ਜਿਹੜੀ ਚੰਗੀ ਲੈ ਸਕਾਂਗੇ, ਸਾਡਾ ਜੀਵਨ ਜਿਹੜਾ ਹੈਗਾ ਉਹ ਸਹੀ ਚੱਲੇਗਾ। ਦੂਜਾ ਨੰਬਰ ਇਹ ਕਿ ਕਮਲ ਕੁਮਾਰ ਬੋਰੀ ਸਮਾਜ ਸੇਵਕ ਸੀ, ਸਮਾਜ ਸੇਵਕ ਹੋਏਗਾ ਔਰ ਸਮਾਜ ਸੇਵਕ ਰਹੇਗਾ। ਜਿਹੜਾ ਬੰਦਾ ਆਪਣੇ ਪਰਿਵਾਰ ਦੀ ਰੋਟੀ ਲੈ ਕੇ ਗਰੀਬ ਬੰਦੇ ਨੂੰ ਦਿੰਦਾ, ਉਸ ਤੋਂ ਵੱਡਾ ਮਾਣ ਕੋਈ ਨਹੀਂ। ਲੋਕ ਤਾਂ ਲੋਕਾਂ ਅੱਜ ਕੱਲ੍ਹ ਜੇਬਾਂ ਕੱਢਦੇ ਆ, ਇੱਕ ਦੂਜਾ ਦੇਖਦੇ ਆ। ਇਹ ਬੰਦਾ ਆਪਣੇ ਪਰਿਵਾਰ ਦਾ ਘੱਟ ਸੋਚਦਾ ਅਤੇ ਗਰੀਬਾਂ ਦਾ ਜ਼ਿਆਦਾ ਸੋਚਦਾ। ਇਸ ਕਰਕੇ ਕਿ ਪਰਮਾਤਮਾ ਦੀ ਉਹ ਸ਼ਹਿਨਸ਼ਾਹ ਦੀ ਅਤੇ ਕਿਰਪਾ, ਉਹ ਸ਼ਹਿਨਸ਼ਾਹ ਦੀ ਮਿਹਰ ਹੈ ਜਿਹਦੇ ਕਰਕੇ ਦਾ ਮਨ ਹਰ ਸਾਲ ਦੇ ਅਖੀਰਲੇ ਮਹੀਨੇ ਵਿੱਚ ਤੜਪਦਾ ਔਰ ਚਾਹੁੰਦਾ ਕਿ ਇਹ ਮੇਲਾ ਹਰ ਸਾਲ ਉੱਦਾਂ ਦਾ ਮਨਾਇਆ ਜਾਵੇ ਅਤੇ ਉਹਦੇ ਨਾਲ ਵੱਧ ਕੇ ਮਨਾਇਆ ਜਾਵੇ। ਬੜੇ ਬੜੇ ਕਲਾਕਾਰ ਔਰ ਬੜੇ ਬੜੇ ਸਿਆਸੀ ਲੀਡਰ ਜਿਹੜੇ ਵੱਖ ਵੱਖ ਪਾਰਟੀਆਂ ਦੇ ਆ ਉੱਥੇ ਮੇਲੇ 'ਚ ਆਉਂਦੇ ਆ, ਸੀ ਚੁਕਾਉਂਦੇ ਆ ਔਰ ਦੋ ਲਫ਼ਜ਼ ਚਾਰ ਲਫ਼ਜ਼ ਬੋਲ ਕੇ ਜਿਹੜੇ ਜਾਂਦੇ ਆ, ਮੈਂ ਉਹਨਾਂ ਦੀ ਸ਼ਲਾਘਾ ਕਰਦਾ ਕਿਉਂਕਿ ਐਸੇ ਕੰਮ ਜਿਹੜੇ ਆ ਸਮਾਜ ਦੇ ਹਰ ਬੰਦਿਆਂ ਨੂੰ ਕਰਨੇ ਚਾਹੀਦੇ ਆ। ਸੋ ਮੈਂ ਅੱਜ ਦੇ ਦਿਨ 'ਤੇ ਬਹੁਤ ਬਹੁਤ ਵਧਾਈ ਦਿੰਦਾ ਅਤੇ ਆਸ ਕਰਦਾ ਕਿ ਕਮਲ ਉਹਨਾਂ ਦੀ ਸਾਰੀ ਟੀਮ ਤਗੜੇ ਹੋ ਗਏ, ਜਿਹੜਾ ਬੀੜਾ ਚੁੱਕਿਆ ਇਹ ਲਗਾਤਾਰ ਮਨਾਉਂਦੇ ਰਹਿਣ। ਰਣਜੀਤ ਜੀ ਦੇ ਮੇਲੇ ਦੀ ਢੇਰ ਸਾਰੀਆਂ ਮੁਬਾਰਕਾਂ ਦੇ ਨਾਵਾਂ। ਦੇਖੋ ਇਸ ਮੇਲੇ ਦੇ ਵਿੱਚ ਇੱਕ ਸੈਕੂਲਰ ਵਰਡ ਜਿਹੜਾ ਸਾਡੇ ਪ੍ਰੀਅੰਬਲ ਦੇ ਵਿੱਚ ਯੂਜ਼ ਕੀਤਾ ਗਿਆ ਉਹ ਬਹੁਤ ਵੱਡਾ ਹੈ, ਠੀਕ ਹੈ। ਕਿ ਜਿਵੇਂ ਕਿ ਅੱਜ ਸਾਰੇ ਵੀਰਾਂ ਨੇ ਕਿਹਾ ਕਿ ਇਹ ਜਿਹੜਾ ਪ੍ਰੋਗਰਾਮ ਹੈਗਾ ਇਹ ਬੜੇ ਇੱਕ ਸੈਕੂਲਰ ਤਰੀਕੇ ਅਤੇ ਇੱਕ ਸੋਵਰਨ ਤਰੀਕੇ ਦੇ ਨਾਲ ਕੀਤਾ ਜਾਂਦਾ ਹੈ, ਠੀਕ ਹੈ। ਇਹਦੇ ਵਿੱਚ ਮਤਲਬ ਕਿ ਹਰ ਬੰਦਾ, ਹਰ ਧਰਮ ਦਾ ਬੰਦਾ ਇੱਥੇ ਇਨਵਾਈਟਿਡ ਹੁੰਦਾ ਇਸ ਮੇਲੇ ਦੇ ਵਿੱਚ ਅਤੇ ਉਸਨੂੰ ਮਤਲਬ ਕਿ ਪਰਮਾਤਮਾ ਦੀ ਅਪਾਰ ਕਿਰਪਾ ਮਿਲਦੀ ਹੈ ਜਦੋਂ ਉਹ ਇੱਥੇ ਆ ਕੇ ਆਪਣਾ ਮੱਥਾ ਟੇਕਦਾ, ਠੀਕ ਹੈ। ਅਤੇ ਨਾਲ ਮੈਂ ਅੱਜ ਇੱਥੇ ਬੈਠੀ ਸਾਰੀ ਟੀਮ ਨੂੰ ਇੱਕ ਚੀਜ਼ ਇਹ ਚੀਜ਼ ਕਹਿਣਾ ਚਾਹਾਂਗਾ ਕਿ ਅਸੀਂ ਜਿਵੇਂ ਕਿ ਇਹ ਇੱਕ ਮੇਲਾ ਔਰਗਨਾਈਜ਼ ਕਰ ਰਹੇ ਹਾਂ, ਆਉਣ ਵਾਲੇ ਸਮੇਂ 'ਚ ਅਸੀਂ ਕੋਸ਼ਿਸ਼ ਕਰੀਏ ਕਿ ਅਸੀਂ ਐਜੂਕੇਸ਼ਨ 'ਤੇ ਵੀ ਇਹੋ ਜਿਹਾ ਮੇਲਾ ਔਰਗਨਾਈਜ਼ ਕਰੀਏ। ਕਾਰਨ ਹੈ ਕਿ ਮੇਰੀ ਦੇਖੋ ਹਮੇਸ਼ਾ ਇੱਕੋ ਹੀ ਟੈਂਡੈਂਸੀ ਰਹੀ ਹੈ ਕਿ ਜਿਹੜਾ ਵੀ ਬੱਚਾ 3 ਸਾਲ ਦਾ, ਜਿਵੇਂ ਗਵਾਲ ਮੰਡੀ ਹੈ, ਇੱਥੇ ਕੋਸ਼ਿਸ਼ ਕਰੋ ਕਿ ਜਿਹੜਾ ਵੀ ਬੱਚਾ 3 ਸਾਲ ਦਾ ਹੋ ਜਾਂਦਾ ਉਹਦਾ ਆਂਢ ਗੁਆਂਢ ਬੰਦਾ ਉਹਦੀ ਜ਼ਿੰਮੇਵਾਰੀ ਚੁੱਕੇ ਕਿ ਉਹਨੂੰ ਰਾਈਟ ਟੂ ਐਜੂਕੇਸ਼ਨ ਜਿਹੜਾ ਸਾਡਾ ਫੰਡਾਮੈਂਟਲ ਰਾਈਟ ਹੈ ਤਾਂ ਉਹਨੂੰ ਉਹ ਮਿਲਿਆ ਜਾਏ ਤਾਂ ਕਿ ਉਹ ਬੱਚਾ ਪੜ੍ਹ ਸਕੇ, ਕਿਉਂਕਿ ਹਰ ਚੀਜ਼ ਦੀ ਬੁਨਿਆਦ ਜਿਹੜੀ ਹੈਗੀ ਹੈ ਉਹ ਐਜੂਕੇਸ਼ਨ ਹੈ। ਜੇ ਅਸੀਂ ਐਜੂਕੇਟ ਹੋ ਜਾਵਾਂਗੇ, ਠੀਕ ਹੈ, ਤਾਂ ਅਸੀਂ ਬਹੁਤ ਅੱਗੇ ਜਾ ਸਕਦੇ ਹਾਂ, ਅਸੀਂ ਹਰ ਚੀਜ਼ ਤੋਂ ਪਰਾ ਚੱਲ ਜਾਵਾਂਗੇ। ਤਾਂ ਕਰਕੇ ਮੈਂ ਇੱਥੇ ਸਾਰੀ ਟੀਮ ਨੂੰ ਵੀ ਇਹ ਰਿਕੁਐਸਟ ਕਰਾਂਗਾ ਕਿ ਅਸੀਂ ਐਜੂਕੇਸ਼ਨ ਨੂੰ ਵੀ ਬਰਾਬਰ ਪ੍ਰਮੋਟ ਕਰੀਏ, ਕਿਉਂਕਿ ਬਾਬਾ ਸਾਹਿਬ ਨੇ ਵੀ ਕਿਹਾ ਕਿ ਬੱਚੇ ਦੇ ਪੈਰ 'ਚ ਭਾਵੇਂ ਚੱਪਲ ਹੋਏ ਨਾ ਹੋਏ ਪਰ ਉਹਦੇ ਹੱਥ ਦੇ ਵਿੱਚ ਪੈਨ ਪੈਨਸਲ ਦਾ ਹੋਣਾ, ਕਾਪੀ ਦਾ ਹੋਣਾ ਬਹੁਤ ਇੰਪੋਰਟੈਂਟ ਹੈ। ਸਰਕਾਰਾਂ ਫੋਟੋ ਲਗਾਉਂਦੀਆਂ ਨੇ ਪਿੱਛੇ ਬਾਬਾ ਸਾਹਿਬ, ਪਰ ਉਸ ਆਦੇਸ਼ ਤੇ ਕਿਉਂ ਨਹੀਂ ਚੱਲਦੀਆਂ? ਸਮਾਜ ਸੇਵੀ ਸੰਸਥਾਵਾਂ ਨੂੰ ਹੀ ਇਹ ਕਿਉਂ ਕੰਮ ਕਰਦਾ? ਸਮਾਜ ਸੇਵੀ ਸੰਸਥਾਵਾਂ ਨੂੰ ਅਸਲ ਦੇ ਵਿੱਚ ਜ਼ਰੂਰਤ ਹੈ ਕੰਮ ਕਰਨ ਦੀ। ਕਾਰਨ ਹੈ ਕਿਉਂਕਿ ਉਹ ਲੋਕਤੰਤਰ ਨੂੰ ਕਮਜ਼ੋਰ ਕਰਦੇ ਨੇ ਜਿਹੜੇ ਲੀਡਰ ਹੈ, ਉਹਨਾਂ ਨੇ ਜਿਹੜੇ ਸਾਡੇ ਸਲੰਮਸ ਏਰੀਆ ਹੁੰਦੇ ਨੇ ਉਹਨਾਂ ਨੇ ਉਹਨਾਂ ਨੂੰ ਲਾਸਟ 2 ਦਿਨ ਲਈ ਰੱਖਿਆ ਜਾਂਦਾ। ਇਹਦੇ ਲਈ ਸਾਨੂੰ ਲੋਕਾਂ ਨੂੰ ਵੀ ਆਪਣੇ ਮਨ ਦੇ ਵਿੱਚ ਬਦਲਾਵ ਲਿਆਉਣਾ ਪਏਗਾ, ਸਾਨੂੰ ਵੀ ਆਪਣੇ ਆਪ 'ਚ ਇੱਕ ਚੇਂਜ ਲਿਆਉਣਾ ਪਏਗਾ। ਦੇਖੋ ਜੀ, ਅਸੀਂ 4 ਸਾਲ 11 ਮਹੀਨੇ 28 ਦਿਨ ਆਪਣਾ ਕਮਾਉਂਦੇ ਹਾਂ, ਆਪਣਾ ਖਾਂਦੇ ਹਾਂ, ਐਂਡਲੇ 2 ਦਿਨ ਅਸੀਂ ਇਹ ਲੀਡਰਾਂ ਦੇ ਗੁਲਾਮ ਨਾ ਬਣੀਏ। ਮੈਂ ਸਾਰਿਆਂ ਨੂੰ ਇਹੀ ਚੀਜ਼ ਕਹਾਂਗਾ, ਉਹ ਸਾਰੀਆਂ ਚੀਜ਼ਾਂ ਤਾਂ ਹੀ ਚੇਂਜ ਹੋ ਸਕੀਆਂ ਜੇ
ਜੇ ਆਪਾਂ ਘੱਟ ਤੋਂ ਘੱਟ ਆਪਣੇ ਏਰੀਆ 'ਚ ਹਰ ਬੱਚਾ ਗ੍ਰੈਜੂਏਟ ਕਰਾ ਦਾਂਗੇ। ਕਿਉਂਕਿ ਦੇਖੋ ਬਾਬਾ ਸਾਹਿਬ ਨੇ ਇੱਕ ਚੀਜ਼ ਹੋਰ ਕਹੀ ਸੀ, ਉਹਨਾਂ ਨੇ ਕਿਹਾ ਕਿ ਜੇ ਤੁਸੀਂ ਸੰਸਦ ਦੇ ਅੰਦਰ ਨਹੀਂ ਜਾ ਸਕਦੇ ਤੇ ਸੰਸਦ ਦੇ ਬਾਹਰ ਇੰਨੀ ਤਗੜੀ ਭੀੜ ਇਕੱਠੀ ਕਰ ਦਿਓ ਕਿ ਸੰਸਦ ਵਾਲੇ ਬੰਦੇ ਮਜਬੂਰ ਹੋ ਜਾਣ ਬਾਹਰ ਆ ਕੇ ਤੁਹਾਡੀ ਗੱਲ ਸੁਣਨ ਲਈ। ਸਰਕਾਰਾਂ ਦੇਖੋ ਸਿਆਸਤ ਕੋਈ ਨਹੀਂ ਕਰਦੀਆਂ, ਇਹ ਤਾਂ ਕਮਜ਼ੋਰੀ ਸਾਡੇ 'ਚ ਆਪਣੇ 'ਚ ਹੈ। ਕਿਉਂਕਿ ਅਸੀਂ ਜਿਹੜੀ ਰਾਜਨੀਤੀ ਹੈਗੀ ਹੈ ਉਹ ਸਿਰਫ ਗਲੀਆਂ ਨਾਲੀਆਂ ਤੱਕ ਰੱਖ ਛੱਡੀ ਹੈ। ਅਸੀਂ ਇੱਕ ਗਲੀ ਬਣਾ ਦਾਂਗੇ, ਇੱਕ ਸਟਰੀਟ ਲਾਈਟ ਲਾ ਦਾਂਗੇ, ਇੱਕ ਛੋਟਾ ਮੋਟਾ ਬਲੱਡ ਡੋਨੇਸ਼ਨ ਕੈਂਪ ਲਾ ਦਾਂਗੇ, ਅਸੀਂ ਕਹਿੰਦੇ ਹਾਂ ਕਿ ਅਸੀਂ ਸਕਸੈਸਫੁਲ ਹੋ ਗਏ ਨਾ। ਜੇ ਕਿਸੇ ਨੂੰ ਪ੍ਰੋਵਾਈਡ ਕਰਨਾ ਆਪਣਾ ਏਰੀਆ ਵੀਰ ਜੀ, ਘੱਟ ਤੋਂ ਘੱਟ ਹਰ ਬੱਚਾ ਇੱਥੇ ਸਹੁੰ ਚੁੱਕ ਲਓ ਕਿ ਆਪਾਂ ਹਰ ਬੱਚੇ ਨੂੰ ਗ੍ਰੈਜੂਏਟ ਕਰਨਾ ਹੀ ਕਰਨਾ, ਆਪਣੇ ਲੋਕਲ ਬੰਦੇ ਹਰ ਬੰਦੇ ਨੂੰ ਇਹ ਸੋਚ ਲੈਣ ਗ੍ਰੈਜੂਏਟ। ਕਿਉਂਕਿ ਇਹ ਆਪਣੇ ਜਿਹੜੇ ਏਰੀਆ ਨੇ, ਜੇ ਆਪਾਂ ਮੁਸਤਾਬਾਦ ਲਾ ਲਈਏ, ਗਵਾਲ ਮੰਡੀ ਲਾ ਲਈਏ, ਆਪਣਾ ਕਿਰਪਾਲ ਕਲੋਨੀ ਲਾ ਲਈਏ, ਆਬਾਦੀਆਂ ਦਾ ਇਲਾਕਾ ਲਾ ਲਈਏ, ਜਿਹੜੇ ਪੋਲੀਟੀਕਲ ਲੀਡਰ ਹੈਗੇ ਨੇ ਉਹ ਇੱਥੋਂ ਸਿਰਫ ਰੈਲੀਆਂ ਭਰਨ ਲਈ ਉਹਨਾਂ ਨੇ ਇਲਾਕੇ ਰੱਖੇ ਦੇ ਨਾ, ਰੈਲੀਆਂ ਭਰਨ ਲਈ ਲੈ, ਇਹ ਇਲਾਕੇ ਨਹੀਂ ਹੋਣੇ ਚਾਹੀਦੇ, ਇਹ ਇਲਾਕੇ ਐਜੂਕੇਸ਼ਨ ਲਈ ਹੋਣੇ ਚਾਹੀਦੇ ਨੇ। ਇੱਥੇ ਸਾਡਾ ਫੰਡਾਮੈਂਟਲ ਰਾਈਟ ਹੈ, 8ਵੀਂ ਤੱਕ ਐਜੂਕੇਸ਼ਨ ਟੋਟਲੀ ਫਰੀ ਹੈ, ਟੋਟਲੀ ਫਰੀ ਹੈ। ਪ੍ਰੋਬਲਮ ਹੈ ਕਿ ਉਹਨਾਂ ਨੂੰ ਪਤਾ ਕਿ ਜੇ ਇਸ ਏਰੀਆ 'ਚ ਬੱਚੇ ਪੜ੍ਹ ਗਏ ਤਾਂ ਸਾਡੀ ਬਾਂਹ ਫੜਨਗੇ, ਉਹ ਪੁੱਛਣਗੇ। 50 ਸਾਲ ਪਹਿਲੇ ਵੀ ਗਲੀਆਂ ਨਾਲੀਆਂ ਬਣਦੀਆਂ ਸੀ, ਅੱਜ ਵੀ ਬਣ ਰਹੀਆਂ ਤੇ ਅਗਲੇ 100 ਸਾਲ ਵੀ ਬਣਦੀਆਂ ਰਹਿਣੀਆਂ ਗਲੀਆਂ ਨਾਲੀਆਂ, ਸਿਰਫ ਇੱਕ ਟੈਕਨੀਕਸ ਡਿਫਰੈਂਟ ਹੋਣੀਆਂ। ਤਾਂ ਕਰਕੇ ਜੇ ਅਸੀਂ ਅਸਲ ਦੇ ਵਿੱਚ ਬਾਬਾ ਸਾਹਿਬ ਨੂੰ ਸ਼ਰਧਾਂਜਲੀ ਦਿੰਦੇ ਹਾਂ, ਜੇ ਅਸਲ ਦੇ ਵਿੱਚ ਅਸੀਂ ਉਹਨਾਂ ਦੇ ਨਕਸ਼ੇ ਕਦਮਾਂ 'ਤੇ ਤੁਰਨਾ ਚਾਹੁੰਦੇ ਹਾਂ ਤਾਂ ਅਸੀਂ ਜਿਹੜਾ ਸਾਡੇ ਕਾਂਸਟੀਟਿਊਸ਼ਨ 'ਚ ਸੈਕੂਲਰ ਵਰਡ ਲਿਖਿਆ ਦਾ, ਉਹ ਬਹੁਤ ਵੱਡਾ ਵਰਡ ਹੈ, ਉਹਦੇ 'ਤੇ ਕੰਮ ਕਰਨਾ ਸ਼ੁਰੂ ਕਰੀਏ। ਜਿਹੜਾ ਸੋਵਰਨ ਵਰਡ ਲਿਖਿਆ ਉਹਦੇ 'ਤੇ ਕੰਮ ਕਰਨਾ ਸ਼ੁਰੂ ਕਰੀਏ। ਲੋਕਤੰਤਰ ਸਿਰਫ ਤਾਂ ਹੀ ਤਗੜਾ ਹੋ ਸਕਦਾ ਜੇ ਆਪਾਂ ਲੀਡਰਾਂ ਦੀ ਗੁਲਾਮੀ 'ਚੋਂ ਬਾਹਰ ਨਿਕਲਾਂਗੇ, ਅਦਰਵਾਈਜ਼ ਆਪਾਂ ਗੋਰਿਆਂ ਦੀ ਗੁਲਾਮੀ 'ਚੋਂ ਨਿਕਲੇ ਤਾਂ ਲੀਡਰਾਂ ਦੀ ਗੁਲਾਮੀ 'ਚ। ਐਜੂਕੇਸ਼ਨ ਦੀ ਗੱਲ ਕਰ ਦੇ, ਦੂਜੇ ਪਾਸੇ ਜਿਹੜੇ ਡਿਗਰੀਆਂ ਵਾਲੇ ਨੇ, ਜਿਹੜੇ ਐਜੂਕੇਸ਼ਨ ਪਾਈ ਆ ਉਹ ਬੇਰੁਜ਼ਗਾਰ ਤੋਂ ਨਿਕਲਦੇ ਨੇ, ਭਾਵੇਂ ਐਸੀ ਕੋਟਾ ਪਾ ਦਿੱਤਾ। ਉਹਦਾ ਵੀ ਇੱਕ ਰੀਜ਼ਨ ਹੈ, ਉਹਦਾ ਵੀ ਇੱਕ ਰੀਜ਼ਨ ਹੈ। ਜੇ ਪੜ੍ਹੇ ਲਿਖੇ ਬੇਰੁਜ਼ਗਾਰ ਸਿਰਫ ਉਹੀ ਲੋਕ ਨੇ ਜਿਹੜੇ ਡਿਸਟੈਂਟ ਐਜੂਕੇਸ਼ਨ ਤੋਂ ਪੜ੍ਹਾਈ ਲਿਖਾਈ ਲੈਂਦੇ ਪਏ। ਮੈਂ ਤੇ ਗਵਰਨਮੈਂਟਸ ਨੂੰ ਇਹ ਵੀ ਕਹਾਂਗੇ, ਡਿਸਟੈਂਟ ਐਜੂਕੇਸ਼ਨ ਬਿਲਕੁਲ ਬੰਦ ਕਰ ਦੇਣੀ ਚਾਹੀਦੀ ਹੈ, ਕਿਉਂਕਿ ਇਹਦਾ ਕੀ ਹੈ, ਇਹ ਫਰਜ਼ੀ ਕਾਲਜ ਖੋਲ੍ਹੇ ਦੇ ਨੇ। ਇਹਨਾਂ ਦੇ ਵਿੱਚ ਤੁਸੀਂ ਆਪਣੀ ਫੀਸ ਜਮ੍ਹਾਂ ਕਰਾਓ ਤੇ ਗ੍ਰੈਜੂਏਸ਼ਨ ਦੀ ਡਿਗਰੀ ਲੈ ਲਓ, ਫੀਸ ਜਮ੍ਹਾਂ ਕਰਾਓ, MBA ਦੀ ਡਿਗਰੀ ਲੈ ਲਓ। ਇਹ ਸਿਰਫ ਜਿਹੜੇ ਕਾਲਜ ਖੁੱਲ੍ਹੇ ਨੇ, ਇਹ ਸਿਰਫ ਵਿਆਹ ਸ਼ਾਦੀਆਂ ਕਰਾਉਣ ਲਈ ਕਾਲਜ ਖੁੱਲ੍ਹੇ ਕਿ ਬੱਚਾ ਸਾਡਾ ਪੜ੍ਹਿਆ ਲਿਖਿਆ। ਇਹ ਐਜੂਕੇਸ਼ਨ ਬੰਦ ਹੋਣੀ ਚਾਹੀਦੀ ਹੈ, ਜਿਹੜੀ ਵੀ ਐਜੂਕੇਸ਼ਨ ਹੋਏ, ਰੈਗੂਲਰ ਐਜੂਕੇਸ਼ਨ ਹੋਏ, ਜੇ ਕੋਰਸ ਹੋਣ ਤਾਂ 3 ਸਾਲ ਦੇ ਹੋਣ। ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਅੱਜ ਦੇ ਡੇਟ 'ਚ ਟੈਕਨੀਕਲ ਐਜੂਕੇਸ਼ਨ ਨੂੰ ਪ੍ਰਮੋਟ ਕਰਨਾ, ਕਿਉਂਕਿ ਜਿਹੜੀ ਟੈਕਨੀਕਲ ਐਜੂਕੇਸ਼ਨ ਹੈ ਜਿਹਨੂੰ ਆਪਾਂ ITI ਵੀ ਕਹਿ ਦਿੰਦੇ ਹਾਂ। ਹੁਣ ਅੱਜ ਕੱਲ੍ਹ ਸਨ ਫਾਊਂਡੇਸ਼ਨ ਨੇ ਇੱਕ ਸੋਸ਼ਲ ਰਿਸਪੋਂਸੀਬਿਲਟੀ ਨੂੰ ਵੇਖਦੇ ਹੋਏ ਯੂਨੀਵਰਸਿਟੀ ਸਾਹਮਣੇ ਵੀ ਇੱਕ ਕਾਲਜ ਖੋਲ੍ਹਿਆ, ਜਿੱਥੇ 3 ਤੋਂ 5 ਮਹੀਨੇ ਦੇ ਛੋਟੇ ਛੋਟੇ ਕੋਰਸਿਸ ਵੀ ਹੈਗੇ ਨੇ। ਉਹ ਜਿਹੜੇ ਕੋਰਸਿਸ ਹੈ ਗਵਰਨਮੈਂਟ ਆਫ ਇੰਡੀਆ ਵੱਲੋਂ ਵੀ ਅਪਰੂਵ ਹੈ। ਜੇ ਬੱਚਾ ਸਿਖਲਾਈ ਦਾ ਕੋਰਸ ਉਹ ਕਰ ਲੈਂਦਾ, ਬਿਊਟੀਸ਼ੀਅਨ ਦਾ ਕੋਰਸ ਉਹ ਕਰ ਲੈਂਦਾ, ਵੈਲਡਿੰਗ ਦਾ ਕੋਰਸ ਉਹ ਕਰ ਲੈਂਦਾ, ਉਹ ਦੇਸ਼ ਦੇ ਵਿੱਚ ਵੀ ਉਹਦਾ ਸਰਟੀਫਿਕੇਟ ਮਾਨਤਾ ਪ੍ਰਾਪਤ ਹੈ ਤੇ ਵਿਦੇਸ਼ ਦੇ ਵਿੱਚ ਵੀ ਪ੍ਰਾਪਤ ਹੈ। ਮੈਂ ਇਹੀ ਚੀਜ਼ ਕਹੂੰਗਾ ਕਿ 1-3 ਸਾਲ ਦੇ ਬੱਚੇ ਨੂੰ ਸਕੂਲਾਂ 'ਚ ਬਾਹੂ ਫੜ ਕੇ ਲੈ ਕੇ ਜਾਈਏ, ਜਾਗਰੂਕ ਕਰਾਉਣ ਦੀ ਲੋੜ ਹੈ। ਜਾਗਰੂਕ ਨਹੀਂ, ਪੂਰਾ ਜਾਗਰੂਕ ਕਰਾਉਣ ਦੀ ਲੋੜ ਹੈ। ਤੁਸੀਂ ਲੀਡਰ ਨੂੰ ਸਿਰਫ ਇਹ ਪੁੱਛੋ, ਕੋਈ ਵੀ ਵੋਟ ਮੰਗਣ ਆਉਂਦਾ ਉਹਨੂੰ ਇਹ ਪੁੱਛੋ ਕਿ ਤੂੰ ਲਿਟਰੇਸੀ ਰੇਟ ਸਾਡੇ ਏਰੀਆ ਦਾ ਕੀ ਵਧਾਇਆ। ਸਮਾਜ ਦਾ ਕੋਈ ਬੰਦਾ ਪੜ੍ਹੇ ਲਿਖੇ ਕਿਤੇ ਉਹਦੇ ਤੇ ਜਾਂਦਾ, ਮੈਂ ਅਜੇ ਵੀ ਪੜ੍ਹ ਰਿਹਾ। ਮੈਂ ਹੁਣ ਲਾਅ ਕੀਤੀ ਹੈ, ਕਿਉਂ ਕੀਤੀ ਹੈ, ਇੱਕ IPS ਅਫਸਰ ਕਰਪਟ ਹੈਗਾ, ਉਹਦੇ ਨਾਲ ਮੇਰਾ ਪੰਗਾ ਪੈ ਗਿਆ ਸੀ, ਠੀਕ ਹੈ, ਅੱਜ ਤੋਂ 3 ਸਾਲ ਪਹਿਲੇ। ਉਹਨੂੰ ਮੈਂ, ਉਹ ਅੱਜ ਕਿਸੇ ਪੰਜਾਬ ਦੇ ਜ਼ਿਲ੍ਹੇ ਦਾ SSP ਹੈਗਾ, ਉਹਨੂੰ ਮੈਂ ਕਿਹਾ ਸੀ ਕਿ ਤੂੰ ਭਾਵੇਂ DGP ਬਣ ਜਾ, ਤੇਰੇ ਤੇ ਇੱਕ ਵਾਰੀ 311 ਜ਼ਰੂਰ ਲਾਵਾਂ। ਉਹਦੇ ਲਈ ਮੈਂ 12 ਸਾਲ ਬਾਅਦ ਫਿਰ ਲਾਅ ਸ਼ੁਰੂ ਕੀਤੀ, ਫਿਰ ਪੜ੍ਹਾਈ ਲਗਾਈ। ਤੁਸੀਂ ਸਰਕਾਰ 'ਚ ਤੁਹਾਨੂੰ ਕੀ ਲੱਗਦਾ ਜੀ? ਦੇਖੋ, ਸਭ ਤੋਂ ਪਹਿਲੇ ਮੈਂ ਸੋਸ਼ਲ ਵਰਕਰ ਹਾਂ, ਅੱਜ ਅਸੀਂ ਸਮਾਜ ਸੇਵੀ ਬੈਠੇ ਹਾਂ, ਅੱਜ ਕੋਈ ਪੋਲੀਟੀਕਲ ਗੱਲ ਨਹੀਂ, ਅੱਜ ਅਸੀਂ ਸਾਰੇ ਇੱਥੇ, ਮੈਂ ਸਟਾਰਟਿੰਗ 'ਚ ਵਰਡ ਕਿੱਥੋਂ ਯੂਜ਼ ਕੀਤਾ, ਸੈਕੂਲਰ ਤੋਂ, ਅੱਜ ਆਪਾਂ ਸੈਕੂਲਰ ਸਾਰੇ ਹੋ ਕੇ ਬੈਠੇ ਹਾਂ, ਅੱਜ ਕੋਈ ਪਾਰਟੀਬਾਜ਼ੀ ਨਹੀਂ। ਠੀਕ ਹੈ, ਪਵਿੱਤਰ ਜਗ੍ਹਾ 'ਤੇ, ਬਹੁਤ ਪੁਰਾਣੀ ਜਗ੍ਹਾ ਹੈ ਜੀ, ਪ੍ਰਾਚੀਨ ਮੰਦਿਰ ਆ, ਪ੍ਰਾਚੀਨ ਦਰਗਾਹ ਆ, ਔਰ ਸੰਗਤਾਂ ਨੂੰ ਇਹੀ ਹੈ ਕਿ ਉੱਥੇ ਆ ਕੇ ਆਸ਼ੀਰਵਾਦ ਲਵੋ, ਮਨੋਕਾਮਨਾ ਪੂਰੀਆਂ ਹੁੰਦੀਆਂ ਵਾ, ਲੋਕ ਆਉਂਦੇ ਆ,
ਪ੍ਰਤੱਖ ਹੈ। ਜਿਹੜਾ ਬੰਦਾ ਧਰਮ ਦੇ ਕੰਮ ਕਰਦਾ ਉਹਦੇ ਵਾਸਤੇ ਰੋੜੇ ਤਾਂ ਅੱਗੇ ਆਉਂਦੇ ਹੀ ਹੈ, ਹਨਾ। ਅਸੀਂ ਪਹਿਲਾਂ ਵੀ ਬੜੀ ਵਾਰੀ ਕਿਹਾ ਕਿ ਜਿਹੜੇ ਕੰਮ ਕਮਲ ਕੁਮਾਰ ਇਹਦੇ ਮੂੰਹ ਤੇ ਨਹੀਂ ਹੈ, ਸਾਡਾ ਛੋਟਾ ਭਾਈ ਹੈ ਇਹਦੇ ਮੂੰਹ ਤੇ ਨਹੀਂ ਹੈ, ਜਿਹੜੇ ਸੋਸ਼ਲ ਕੰਮ ਹੈ, ਲੋਕਾਂ ਨੂੰ ਰਾਸ਼ਨ ਮੁਹੱਈਆ ਕਰਾਉਣਾ, ਕੰਬਲ ਸਰਦੀਆਂ 'ਚ, ਗਰਮੀਆਂ ਦੇ ਵਿੱਚ ਜੋ ਚੀਜ਼ਾਂ ਹੁੰਦੀਆਂ, ਇਹ ਬੰਦਾ ਚਲੋ ਪਰਮਾਤਮਾ ਨੇ ਆਪਣਾ ਅਪਾਰ ਕਿਰਪਾ ਇਸ ਬੰਦੇ 'ਤੇ ਆਪਣੇ ਕਿਰਤ ਵਿੱਚੋਂ ਦਸਵੰਤ ਕੱਢ ਕੇ ਆਪਣੀ ਹੈਸੀਅਤ ਤੋਂ ਜ਼ਿਆਦਾ ਕਰਦਾ ਇਹ ਬੰਦਾ। ਇੱਕ ਹੋਰ ਨਵਾਂ ਸ਼ੁਰੂ ਕੀਤਾ ਸੰਸਕਾਰ ਲਵਾਰਿਸ, ਬਿਲਕੁਲ ਮੈਂ ਦੇਖਿਆ ਸੀ ਔਰ ਬਹੁਤ ਵਧੀਆ ਇੱਕ ਕਰ ਹੈ। ਲੋਕੀ ਤਾਂ ਮੱਲਾਂ ਮਾਰ ਕੇ ਬੈਠੇ ਆ, ਕਰੋੜਾਂ ਅਰਬਾਂਪਤੀ ਲੋਕ ਬੈਠੇ ਪਏ ਆ, ਪਰ ਆਹ ਹੋਣਾ ਚਾਹੀਦਾ ਖਰਚਣ ਵਾਸਤੇ। ਮੇਰਾ ਕਮਲ ਭਾਈ ਨੂੰ ਇੱਕ ਸਵਾਲ ਆ, ਕਮਲ ਜੀ ਬੜਾ ਹੀ ਜਦੋਂ ਯਾਦ ਨਾਲ ਤੁਸੀਂ ਇੱਥੇ ਮਹਾਰਾਜ ਨਾਲ ਜਿੰਦਗੀ ਤੇ ਇਸ ਮੇਲੇ ਦੀ ਸ਼ੁਰੂਆਤ ਕਰਾਈ ਸੀ, ਮੈਨੂੰ ਯਾਦ ਹੈ ਅੱਜ ਤੋਂ ਮੇਰੇ ਖਿਆਲ 5-7-10 ਵਾਰ ਪਹਿਲਾਂ ਦੀ ਗੱਲ ਹੈ, ਤੇ ਅੱਜ ਕਿੱਦਾਂ ਲੱਗ ਰਿਹਾ ਕਿ ਇੰਨਾ ਵਧੀਆ ਤੁਸੀਂ ਮੇਲੇ ਨੂੰ ਇੰਨੀ ਚੜ੍ਹਤ ਦਵਾ ਦਿੱਤੀ? ਪਹਿਲਾਂ ਤੇ ਉੱਥੇ ਮੇਲਾ ਕਰਾਉਣ ਦੀ ਬੜੀ ਮੁਸ਼ਕਲ ਆਉਂਦੀ ਸੀ ਕਿ ਕਈ, ਮੈਨੂੰ ਪਤਾ ਲੱਗਾ ਸੀ ਉਦੋਂ, ਮੈਂ ਵੀ ਉਸ ਵੇਲੇ ਦੇਖਿਆ ਸੀ, ਪਰ ਤੁਸੀਂ ਪਿੱਛੇ ਨਹੀਂ ਹਟੇ ਕਿ ਮੈਂ ਮਹਾਰਾਜ ਜੋ ਕੰਮ ਕਰਨਾ ਹੀ ਕਰਨਾ। ਦੇਖੋ ਜੀ, ਇਹ ਸੰਗਤਾਂ ਹੁਣ ਯੋਗ ਆ, ਬਾਬਾ ਜੀ ਦਾ ਦਰਬਾਰ ਆ, ਬਾਬਾ ਜੀ ਦਾ ਦਰਬਾਰ ਆ, ਇਹ ਸੰਗਤਾਂ ਕਰਵਾ ਰਹੀਆਂ, ਮੈਂ ਨਹੀਂ ਕਰਵਾ ਰਿਹਾ। ਜੋ ਕੁਛ ਕਰਵਾ ਰਿਹਾ ਉਹ ਕਰਵਾ ਰਿਹਾ, ਉਹ ਮੈਨੂੰ ਛੱਡ ਕੇ ਕਿਸੇ ਹੋਰ ਦੀ ਵੀ ਡਿਊਟੀ ਲਗਾ ਸਕਦਾ, ਹਨਾ। ਪਰਮਾਤਮਾ ਤੋਂ ਵੱਡੀ ਗੱਲ ਕੋਈ ਨਹੀਂ, ਉਹਨੇ ਮੇਰੀ ਇੱਕ ਡਿਊਟੀ ਲਾਈ ਆ, ਤੁਹਾਡੇ ਵਰਗੇ ਸਾਰੇ ਭਰਾ ਸੰਯੋਗ ਦੇ ਰਹੇ ਆ ਤੇ ਮੇਲਾ ਕਰਕੇ, ਬਾਕੀ ਹਾਂ ਬੜੀਆਂ ਮੁਸ਼ਕਲ ਆਈਆਂ, ਬੜੀਆਂ ਅੜਚਣ ਆਈਆਂ, ਪਰ ਮੈਂ ਮੀਡੀਆ ਰਾਹੀਂ ਇੱਕ ਗੱਲ ਦੱਸਣਾ ਚਾਹੁੰਦਾ ਕਿ ਸਾਨੂੰ ਦਰਗਾਹ ਨਾ ਇੱਕ ਬਾਬਾ ਜਿਹੜੇ ਬੈਠੇ ਨੇ ਅਵਤਾਰ ਜੀ, ਉਹਨਾਂ ਨੂੰ ਮੈਂ ਮੀਡੀਆ ਦੇ, ਅਸੀਂ ਕੋਈ ਕਬਜ਼ਾ ਕਰਨ ਦੇ ਭਾਣ, ਉਹ ਨਾ ਵਿਵਾਦ, ਹਰ ਸਾਲ ਵਿਵਾਦ ਚੱਲਦੇ ਨੇ ਵੀ ਕਰੇ ਕਮਲ ਉਹਨਾਂ ਕਬਜ਼ਾ ਕਰ ਲੈਣਾ, ਕਮਲ ਉਹਨਾਂ ਕਬਜ਼ਾ ਕਰ ਲੈਣਾ, ਸਾਡੇ ਮਨ 'ਚ ਕਦੀ ਅਜੂ ਗੱਲ ਆਈ ਨਹੀਂ ਤੇ ਨਾ ਕਦੀ ਆਊਗੀ। ਉਸ ਪਰਮਾਤਮਾ ਨੇ ਇੱਕ, ਮੈਂ ਬੜੇ ਛੋਟੀ ਜਿਹੀ ਫੈਮਿਲੀ ਬਿਲੋਂਗ ਕਰਦਾ, ਬੜੇ ਗਰੀਬ ਪਰਿਵਾਰ ਤੋਂ ਉੱਠ ਕੇ ਪਰਮਾਤਮਾ ਉਹਨਾਂ 'ਚ ਰੋਟੀ ਜੋਗਾ ਕੀਤਾ, ਮੈਂ ਉਸ ਦਰਬਾਰ ਦਾ ਮੈਂ ਬਹੁਤ ਧੰਨਵਾਦ ਕਰਦਾ ਕਿ ਉਸ ਮੇਰੇ ਵਰਗੇ ਬੰਦੇ ਨੂੰ ਇੱਥੋਂ ਤੱਕ ਪਹੁੰਚਾਇਆ, ਮੇਰੀ ਇੱਕ ਕਾਬਲੀ ਸਮਝੀ ਕਿ ਮੈਂ ਉਸ ਉਹਦਾ ਦਰਬਾਰ ਦਾ ਮੇਲਾ ਕਰਵਾ ਸਕਾਂ, ਤੇ ਉਹਨਾਂ ਦੀ ਦੇਣ ਆ। ਤੇ ਬਾਕੀ ਮੈਂ ਤੁਹਾਨੂੰ ਇੱਕ ਗੱਲ, ਤੁਹਾਨੂੰ ਪਤਾ ਕਿ ਆਪਾਂ ਜ਼ਿੰਦਗੀ ਨਾ ਕਹਿਣਾ ਮਾੜਾ ਕੀਤਾ ਨਾ ਕਰਾਂਗੇ, ਜੋ ਮੇਰੇ ਭਰਾ ਸ਼ਹਿਰ ਦੇ ਵਿੱਚ ਮੇਰੀ ਮਾੜਾ ਚੰਗਾ ਮੇਰੇ ਬਾਰੇ ਬੋਲਦੇ ਵੀ ਆ, ਪਰਮਾਤਮਾ ਉਹਨਾਂ ਨੂੰ ਖੁਸ਼ ਰੱਖੇ, ਰੱਬ ਉਹਨਾਂ ਨੂੰ ਰਾਜ਼ੀ ਰੱਖੇ ਬਸ। ਜੀ, ਸਭ ਤੋਂ ਪਹਿਲਾਂ ਦੇਖਣ ਵਾਲਿਆਂ ਨੂੰ, ਸੁਣਨ ਵਾਲਿਆਂ ਨੂੰ ਨਟਵੀਰ ਪਹਿਲਵਾਨ ਜੀ ਦਾ ਜਿਹੜਾ ਸਲਾਨਾ ਉਹ ਸਾਰਿਆ, ਔਰ ਖਵਾਜਾ ਗਰੀਬ ਨਵਾਜ ਸੁਸਾਇਟੀ ਵੱਲੋਂ ਜਿਹੜਾ ਹਰ ਸਾਲ ਦੀ ਤਰ੍ਹਾਂ ਉਹ ਸੁਣਾਇਆ ਜਾਂਦਾ ਹੈ, ਉਹਦੀ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ। ਸੋ ਇਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹ ਜਿਹੜਾ ਸਲਾਨਾ ਉਹ ਸੁਣਾਇਆ ਜਾ ਰਿਹਾ ਸਾਡੇ ਛੋਟੇ ਭਾਈ ਕਮਲ ਕੁਮਾਰ ਜੀ, ਸਮਾਜ ਸੇਵਕ, ਜਿਹੜੇ ਹਰ ਸਾਲ, ਮੈਂ ਪਿਛਲੇ ਸਾਲ ਵੀ ਦੱਸਿਆ ਸੀ ਵੀ ਇਹ ਸਿਰਫ ਆਪਣੀ ਨੇਕ ਕਮਾਈ ਦੇ ਵਿੱਚੋਂ ਆਪਣੇ ਕੋਲੋਂ ਕਰਦੇ ਨੇ, ਕੋਈ ਕਲੈਕਸ਼ਨ ਨਹੀਂ ਕਰਦੇ ਕਿਸੇ ਨਾਲ, ਕੋਈ ਤਾਲਮੇਲ ਨਹੀਂ, ਲੇਕਿਨ ਇਹ ਪਰਮਾਤਮਾ ਨੇ ਇਹਨੂੰ ਸਮਰੱਥਾ ਦਿੱਤੀ ਹੈ, ਔਰ ਇਹਨਾਂ ਦੀ ਆਸਥਾ ਹੈ ਨਟਵੀਰ ਪਹਿਲਵਾਨ ਦੇ ਵਿੱਚ, ਜਿਹੜੀ ਸਰਕਾਰ ਹੈ ਸਾਡੀ ਉਹ ਇਹ ਉਸ ਜਿਹੜਾ ਹਰ ਸਾਲ ਦੀ ਤਰ੍ਹਾਂ ਐਤਕੀ ਵੀ ਮਨਾਇਆ ਜਾ ਰਿਹਾ, 20 ਤਰੀਕ ਨੂੰ ਔਰ 19 ਤਰੀਕ ਨੂੰ ਮਹਿੰਦੀ ਡੋਰੀ ਹੈ, ਔਰ 20 ਨੂੰ ਜਿਹੜਾ ਉੱਥੇ ਮਹਿਫਲ ਹੈ, ਜਿਹਦੇ ਵਿੱਚ ਆਲ ਓਵਰ ਇੰਡੀਆ ਦੇ ਮਹਾਨ ਫਨਕਾਰ ਸਲੀਮ ਜੀ, ਨੂਰਾ ਸਿਸਟਰ, ਮਾਸ਼ਾ ਅਲੀ ਜੀ, ਹਮਸਰ ਹਯਾਤ, ਅਮਿਤ ਸੈਨਾ, ਔਰ ਇੱਕ ਸਾਡੇ ਲੋਕਲ ਦੇ ਸੰਜੇ ਸਵਰੀਆ ਜੀ, ਸੋ ਤਰ੍ਹਾਂ ਤਰ੍ਹਾਂ ਦੇ ਫਨਕਾਰ ਜਿਹੜੇ ਇੱਥੇ ਮਹਾਰਾਜ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਉਣਗੇ। ਸੋ ਸਾਡੀ ਸਾਰਿਆਂ ਨੂੰ ਬੇਨਤੀ ਹੈ ਦੇਖਣ ਵਾਲਿਆਂ ਨੂੰ ਕਿ 19 ਨੂੰ ਮਹਿੰਦੀ ਡੋਰੀ ਔਰ 20 ਨੂੰ ਸਲਾਨਾ ਉਰਸ ਹੈ, ਉੱਥੇ ਆਣ ਕੇ
ਪਰਮਾਤਮਾ ਦਾ ਉੱਥੇ ਆਸ਼ੀਰਵਾਦ ਲਵੋ ਅਤੇ ਮੇਲੇ ਨੂੰ ਜਿਹੜੇ ਆ ਚਾਰ ਚੰਦ ਲਾਓ। ਇਹ ਜਿਹੜਾ ਮੇਲਾ ਹਰ ਸਾਲ, ਮੈਂ ਪਹਿਲਾਂ ਵੀ ਦੱਸਿਆ ਵੀ ਹਰ ਸਾਲ ਦੀ ਤਰ੍ਹਾਂ ਐਤਕੀ ਜੀ ਦਾ ਮੇਲਾ ਮਨਾਇਆ ਜਾ ਰਿਹਾ, ਤੋ ਇਹ ਖਵਾਜਾ ਗਰੀਬ ਸੋਸਾਇਟੀ ਜਿਹੜੀ ਆ ਉਹਦੇ ਵੱਲੋਂ ਮਨਾਇਆ ਜਾਂਦਾ ਹੈ। ਤੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੇਰੇ ਨਾਲ ਹੋਰ ਵੀ ਮੇਰੇ ਵੀਰ ਬੈਠੇ ਨੇ, ਕਮਲ ਜੀ, ਪਵਨ ਦਰਾਵੜ ਜੀ, ਸ਼ਸ਼ੀ ਜੀ, ਸਾਡੇ ਬੜੇ ਵੀਰ ਛੋਟੇ ਐਡਵੋਕੇਟ ਅੰਕੁਰ ਗੁਪਤਾ ਜੀ, ਸਾਡੇ ਹਲਕਾ ਵੈਸਟ ਦੇ ਇੰਚਾਰਜ ਬੱਬੀ ਪਹਿਲਵਾਨ ਜੀ, ਸਨੀ ਦਾਨਵ ਜੀ। ਸੋ ਸਾਰਾ ਜਿਹੜਾ ਇੱਕ ਵਾਲਮੀਕਿ ਸੰਗਠਨ ਦਾ ਜਿਹੜਾ ਇੱਕ ਮਾਲਾ ਹੈ, ਉਹ ਸਾਰੀ ਮਾਲਾ ਅੱਜ ਇੱਥੇ ਇਕੱਠੀ ਹੋਈ ਹੈ। ਤੋ ਮੇਰੇ ਵੱਲੋਂ ਸਾਰਿਆਂ ਨੂੰ ਇੱਕ ਵਾਰ ਫਿਰ ਬਹੁਤ ਬਹੁਤ ਮੁਬਾਰਕਾਂ, ਬਹੁਤ ਬਹੁਤ ਮੇਲੇ ਦੀਆਂ ਵਧਾਈਆਂ ਕਮਲ ਜੀ ਨੂੰ, ਉਹਨਾਂ ਦੀ ਪੂਰੀ ਟੀਮ ਨੂੰ ਧੰਨਵਾਦ। ਕਮਲ ਜੀ, ਕਿਹੜੀ ਸ਼ੁਰੂਆਤ ਹੋਈ ਸੀਗੀ ਇਹ ਉਸ ਮਨਾਉਣ ਦੀ? ਇਹ ਤਾਂ ਜੀ ਬਹੁਤ ਸਾਲ ਹੋ ਗਏ, ਮੇਰਾ ਖਿਆਲ ਹੈ ਅਸੀਂ ਇਹ 65-66 ਹੋਣਾ ਜਦੋਂ ਅਸੀਂ ਬਚਪਨ ਤੋਂ ਦੇਖਦੇ ਆ ਰਹੇ ਹਾਂ। ਲੇਕਿਨ ਇਹ ਕਮਲ ਕੁਮਾਰ ਨੂੰ ਇਸ ਮੇਲੇ ਨੂੰ ਇਹ 65-66 ਮੈਂ ਤਾਂ ਕਹਿ ਰਿਹਾ ਵੀ ਅਸੀਂ ਉਦੋਂ ਤੋਂ ਦੇਖਦੇ ਰਹੇ, 20-22 ਸਾਲ ਤੱਕ ਕਮਲ ਨੂੰ ਕਰਦੇ ਲੁੱਕ ਗਏ। ਸੋ ਇਹ ਇਹ ਸਾਰੇ ਮਤਲਬ ਕਿ ਆਲ ਓਵਰ ਮੀਡੀਆ 'ਚ ਮਸ਼ਹੂਰ ਹੈ ਮੇਲਾ। ਲੋਕ ਇਹਦੀ ਤਾਂ 'ਚ ਰਹਿੰਦੇ ਆ ਵੀ ਉਹ ਮੇਲਾ ਕਦੋਂ, ਕਿਉਂਕਿ ਇਹਦੇ ਫਨਕਾਰ ਬੜੇ ਅੱਛੇ ਅੱਛੇ ਆਉਂਦੇ ਆ ਔਰ ਪਰਮਾਤਮਾ ਦਾ ਬੇਹੱਦ ਗੁਣ ਹੈ, ਪੂਰੀ ਰਾਹ ਚੱਲਦਾ। ਔਰ ਤੁਸੀਂ ਉੱਥੇ ਫਿਰ ਵਿਵਸਥਾ ਦੇਖਣਾ ਬਈ ਲੰਗਰ ਦੀ ਵਿਵਸਥਾ ਕੀ ਆ, ਕਿਸੇ ਨੂੰ ਪਾਣੀ ਦੀ ਨਹੀਂ, ਕੋਲਡ ਡਰਿੰਕ ਨਾ ਕੋਲਡ ਡਰਿੰਕ, ਕੜਾਹ ਨਾ ਕੜਾਹ, ਖੀਰ ਨਾ ਖੀਰ, ਐਸੇ ਐਸੇ ਪਕਵਾਨ ਉੱਥੇ ਸਰਕਾਰ ਦੇ ਬਣਦੇ ਆ ਜਿਹੜੇ ਕਿ ਲੋਕਾਂ ਨੂੰ ਉਹ ਆਕਰਸ਼ਿਤ ਕਰਦੇ ਨੇ। ਜਿੱਦਾਂ ਵਿਆਹਾਂ ਨਹੀਂ ਹੁੰਦਾ, ਸਟਾਲ ਲੱਗ ਗਏ ਨੇ ਉੱਥੇ, ਤਰ੍ਹਾਂ ਤਰ੍ਹਾਂ ਦੇ ਉੱਥੇ ਪਕਵਾਨ ਪੱਕਦੇ ਨੇ, ਇਹ ਹਰ ਸਾਲ ਹੁੰਦਾ। ਦੇਖੋ ਅਗਰ ਅੱਜ ਆਪਾਂ ਇੱਕ ਘਰ ਦਾ ਵਿਆਹ ਕਰਨਾ ਹੋਵੇ ਨਾ, ਤੇ ਉਹਦੇ ਚ ਕਿੰਨੀ ਸਮੱਸਿਆ ਆਉਂਦੀ ਹੈ। ਲੇਕਿਨ ਆਹ ਦੇਖੋ ਆਲ ਓਵਰ ਪੰਜਾਬ ਨੂੰ ਇਕੱਠੇ ਕਰਨਾ, ਫਿਰ ਤੁਸੀਂ ਦੇਖੋ ਵੀ ਇਹ ਮਹੀਨਾ ਮਹੀਨਾ ਪਹਿਲਾਂ ਚੱਲਦਾ ਆ ਔਰ ਇਹਦੇ ਵਿੱਚ ਤਿਆਰੀਆਂ ਤੇ ਬਹੁਤ ਸਮਾਂ ਲੱਗਦਾ। ਅੱਜ ਕਿੰਨੀ ਤਰੀਕ ਹੈ? 18, ਅੱਜ ਦੇਖ ਲਓ ਤਿਆਰੀਆਂ ਸ਼ੁਰੂ ਹੋ ਗਈਆਂ ਕੱਲ ਦੀ। ਸੋ ਇਸ ਕਰਕੇ ਮੈਂ ਇਧਰ ਕਹਿੰਦਾ, ਬਾਕੀ ਬਾਕੀ ਪਤਵੰਤਿਆਂ ਦੀ ਵੀ ਬੋਲਣਾ, ਲੋਕਾਂ ਨੂੰ ਵੀ ਉਡੀਕ ਜਾਂਦੀ ਹੋਣੀ ਹੈ ਨਾਲ ਦੀ, ਹਨਾ, ਮੇਲੇ ਦੀ ਨਾਲ ਸਿੰਗਰ ਵੀ ਜਿਹੜੇ ਉਹ ਵੀ ਉਡੀਕ ਚ ਆਉਣੇ ਆ ਬਈ। ਹਾਂ, 100%, ਜਿੱਥੇ ਕੰਪਨੀਆਂ ਵੱਲੋਂ ਇਹ ਸੇਵਾ ਕੀਤੀ ਜਾਂਦੀ ਆ ਉੱਥੇ ਲੋਕਲ ਅਫਸਰ ਦੀ ਕੋਲ ਵਿੱਚ ਤਾਂ ਕਿੰਨਾ ਕੇ ਇਹਦੇ ਵਿੱਚ ਸਹਿਯੋਗ ਕਰਦਾ? ਦੇਖੋ ਸਾਰੇ ਸਿਆਸੀ ਲੀਡਰਾਂ ਦੀ ਗੱਲ, ਸਾਰੇ ਸਹਿਯੋਗ ਕਰਦੇ ਤੇ ਮੱਥਾ ਟੇਕਣ ਸਾਰੇ ਆਉਂਦੇ ਨੇ, ਕਿਉਂਕਿ ਇਹ ਜਿਹੜਾ ਸਰਵ ਧਰਮ ਹੈ ਇਹਦੇ ਵਿੱਚ ਕੋਈ ਨੇਤਾ ਨਹੀਂ, ਤੇ ਸਾਰੇ ਹੀ ਇੱਥੇ ਮੰਤਰੀ ਵੀ ਆਉਂਦੇ ਨੇ, ਸੰਤਰੀ ਵੀ ਆਉਂਦੇ ਨੇ, ਇੱਥੇ ਮਤਲਬ ਸਮਾਜ ਸੇਵਕ ਵੀ ਆਉਂਦੇ ਨੇ, ਐਡਵੋਕੇਟ ਆਉਂਦੇ ਨੇ, ਸਾਰੇ ਸਾਰੇ ਜਿਹੜੀ ਸਰਕਾਰ ਦਾ ਜਿਹੜਾ ਲਗਾਓ ਸਾਰੇ ਆਉਂਦੇ ਨੇ। ਇੱਕ ਰਾਜਨੀਤੀ ਨਹੀਂ, ਇੱਕ ਧਾਰਮਿਕ ਮੰਚ ਹੈ। ਜਿੱਦਾਂ ਹੁਣ ਸਾਡੇ ਲੋਕ ਬੱਬੀ ਪਹਿਲਵਾਨ ਜੀ ਬੈਠੇ ਨੇ, ਇਹ ਸਾਡੇ ਨਾਲ ਬੈਠੇ ਨੇ, ਸਾਰੇ ਹੀ ਬਸ, ਫਿਰ ਇੱਕ ਪਾਰਟੀ ਨਹੀਂ ਹੈ, ਸਾਰੀਆਂ ਪਾਰਟੀਆਂ ਦੇ ਲੋਕ ਇੱਥੇ ਆ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ, ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ।